ਲਓ ਜੀ ਇਹ ਜੇ ਖਲੋਤਾ ਜੇ ਪੇਜਾ ਸੇਠ ਕਬੂਤਰ ਨਹੀਂ ਨਹੀਂ ਕਬੂਤਰ ਬਾਜ ਪਲਾਟ ਵੇਖਣ ਆਇਆ ਨਾਲੇ ਕਬੂਤਰਾਂ ਦੀਆਂ ਗੱਲਾਂ ਦੇ ਕੋਲ ਸੁਣਨੇ ਬੰਦਾ ਬਹੁਤ ਅੱਛਾ ਹੈਗਾ ਅੱਜ ਕੱਲ ਬਰਫ਼ ਦਾ ਕਾਰੋਬਾਰ ਕਰ ਰਿਹਾ ਇਹਨੂੰ ਚਾਹ ਦੀ ਪੈ ਗਈ ਤੇ ਮਾਸ਼ਾਅੱਲਾ ਨਕਸ਼ਾ ਸੋਹਣਾ ਕੱਲ ਸਬਦਰ ਨੇ ਆਦੀ ਬਾਲੀ ਹੈ ਦੂਜੇ ਬਟਨ ਖੋ ਦੇ ਭਾਂਡੇ 'ਚ ਉਹਨੇ ਆਦੀ ਸਿੱਧੀ ਕਰ ਲਈ ਜੇ ਫਿਰ ਹੁਣ ਇਹਨੇ ਬਰਤੀ ਪਾਣੀ ਤੇ ਉਹਨੇ ਕੰਮ ਸ਼ੁਰੂ ਕਰ ਦੇਣਾ ਹੈ ਸਬਦਰ ਇਨਸ਼ਾਅੱਲਾ ਇਨਸ਼ਾਅੱਲਾ ਜੀ ਤੂੰ ਆਦਾ ਸਿੱਧਾ ਕਰ ਲੈ ਮੈਨੂੰ ਪਤਾ ਦਾਤ ਹੈਗਾ ਹੀ ਸਬਦਰ ਅਲੇ ਦਾਤ ਹੈ ਖਾਚਾ ਦਾਤ ਹੈ ਕਿਤੇ ਮੈਂ ਹੈਗਾ ਦੱਸ ਨਹੀਂ ਤੇ ਦਾਤ ਹੈ ਅੱਜ ਨਹੀਂ 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 ਦਾਤ ਉਹਦੇ ਕੋਣੀ ਹੈ ਕਮੇਟੀ ਤਰਫੋਂ ਇਹਨਾਂ ਨੂੰ ਕੋਈ ਬੰਦਾ ਨੀ ਪੁੱਛ ਸਕਦਾ ਮਾਸੀ ਤੇ ਵਲੌਗ ਸਾਡਾ ਤੁਸੀਂ ਦੇਖ ਹੀ ਰਹੇ ਜੇ ਮਾਸ਼ਾਅੱਲਾ ਅਸੀਂ ਬਣਾ ਰਹੇ ਹਾਂ ਘਰ ਆਪਣਾ ਪਿਛਲੇ ਵਲੌਗ ਜੀ ਤੁਹਾਨੂੰ ਦੱਸਿਆ ਇਹ ਜਨਾਬ ਸਾਡਾ ਭਾਈ ਹੈਗਾ ਬਹੁਤ ਅੱਛਾ ਬੰਦਾ ਕੰਮ ਬੜਾ ਮਿਹਨਤੀ ਨਾਲ ਕਰਦਾ ਹੈ ਔਰ ਬੜਾ ਹੀ ਪਿਆਰਾ ਬੱਚਾ ਹੈਗਾ ਦੁਆ ਕਰੋ ਨਾਲੇ ਇਹਦਾ ਵਿਆਹ ਵੀ ਹੋ ਜਾਵੇ ਅਤੇ ਕੰਮ ਅਸੀਂ ਕਰ ਰਹੇ ਹਾਂ ਆਪਣਾ ਪੂਰੀ ਸਪੀਡ 'ਚ ਕਿਉਂਕਿ ਛੁੱਟੀਆਂ ਮਿਲੀਆਂ ਨੇ ਸਾਨੂੰ ਘੱਟ ਜਿਹਦੀ ਵਜ੍ਹਾ ਤੁਸੀਂ ਕਿਹਾ ਵੀ ਆਪਣਾ ਘਰ ਵੀ ਬਣਾ ਲਈਏ ਅਤੇ ਮਿਸਤਰੀ ਸਾਹਿਬ ਸਾਨੂੰ ਲੱਭੇ ਨੇ ਬਹੁਤ ਅੱਛੇ ਆਦਮੀ ਜਿਨ੍ਹਾਂ ਨੇ ਦੇਖ ਲਓ ਅੱਗੇ ਕਰ ਕੈਮਰਾਮੈਨ ਸਾਹਿਬ ਅੱਗੇ ਲਿਓ ਦੇਖ ਲਓ ਕਿ ਆਪਣਾ ਉਹਨਾਂ ਨੇ 8-10 ਦਿਨਾਂ ਦੇ ਵਿੱਚ ਸਾਰਾ ਘਰ ਮਤਲਬ ਨੀਆਂ ਟੁੱਟੇ ਕੱਢ ਦਿੱਤਾ ਹੁਣ ਇਨਸ਼ਾਅੱਲਾ ਕਿ ਸਾਡੀ ਦਾ ਭਰਤੀ ਦਾ ਕੰਮ ਰਹਿ ਗਿਆ ਸਿਰਫ ਭਰਤੀ ਪਾਣੀ ਹੈ ਉਸ ਤੋਂ ਬਾਅਦ ਕਿਉਂ ਮਿਸਤਰੀ ਸਾਹਿਬ ਬਿਲਕੁਲ ਜੀ ਉਸ ਤੋਂ ਬਾਅਦ ਸਾਡਾ ਨਾ ਕੰਮ ਮੁਕੰਮਲ ਹੋ ਜਾਏਗਾ ਭਰਤੀ ਤੋਂ ਬਾਅਦ ਫਿਰ ਅਸੀਂ ਇਨਸ਼ਾਅੱਲਾ ਅਦਾ ਉੱਤੇ ਇਨਸ਼ਾਅੱਲਾ ਸਾਡੀ ਸੀਟਾਂ ਸਟਾਵਾਂਗੇ ਅਤੇ ਲਈ ਜਾਵਾਂਗੇ ਉੱਤੇ ਭਰਤੀ ਜ਼ਰੂਰੀ ਹੈ ਭਾਈ ਜਾਨ ਪਹਿਲੇ ਇਹ ਮਿਸਤਰੀ ਸਾਹਿਬ ਨੇ ਉਹੋ ਜਿਹਾ ਦਿਖਾਓ ਜ਼ਰਾ ਮੇਰੇ ਵੀਰੋ ਇਹ ਮਿਸਤਰੀ ਸਾਹਿਬ ਨੇ ਮਾਸ਼ਾਅੱਲਾ ਬਹੁਤ ਅੱਛੇ ਬੰਦੇ ਨੇ ਔਰ ਕੰਮ ਬੜਾ ਨੀਅਤ ਨਾਲ ਕਰਦੇ ਨੇ ਇਹ ਸਾਡੇ ਸਭ ਤੋਂ ਅੱਛੇ ਮਜ਼ਦੂਰ ਨੇ ਜੀ ਇਹਨਾਂ ਦਾ ਤੁਹਾਨੂੰ ਐਂਡ 'ਤੇ ਇੱਕ ਰੋਲ ਵਿਖਾਇਆ ਜਾਏਗਾ ਉਹ ਸਾਰੇ ਭਰਾਵਾਂ ਨੇ ਵੇਖ ਕੇ ਦੱਸਣਾ ਵੀ ਇਹ ਕਿਹੜੀ ਨਸਲ ਦਾ ਹਾਂ ਇਹ ਬੱਕਰਾ ਹੈ ਜੀ ਸਾਡਾ ਅਤੇ ਇਹ ਦੱਸਣਾ ਜੇ ਕਿਸ ਨਸਲ ਦਾ ਅਤੇ ਸਭ ਤੋਂ ਵੱਡਾ ਇਹਦੇ ਜੇ ਸਾਡੇ ਕਿ ਅਸੀਂ ਕਿਤੇ ਵੀ ਭੁੱਲ ਜਾਈਏ ਸਾਨੂੰ ਇਹ ਬੰਦਾ ਯਾਦ ਕਰਾਉਂਦਾ ਕੰਮ ਇੰਝ ਕਰਨਾ ਇੰਝ ਕਰਨਾ ਅਤੇ ਅਸੀਂ ਕਦੀ ਕਦੀ ਆਪਦੇ ਆਪ ਨੂੰ ਵੀ ਭੁੱਲ ਜਾਈਏ ਅਤੇ ਯਾਦ ਕਰਾਉਂਦਾ ਕਿ ਆਪਾਂ ਇਹਨੂੰ ਜਾਣਾ ਹਾਂਜੀ ਸਾਰੇ ਭਰਾਵਾਂ ਨੇ ਐਂਡ 'ਤੇ ਦੱਸਾਂਗੇ ਤੁਹਾਨੂੰ ਇਹ ਦੱਸਣਾ ਜੇ ਬੱਕਰਾ ਕਿਹੜੀ ਨਸਲ ਹੈ ਹੁਣ ਇਹਦੀ ਵੀ ਗੱਲ ਸੁਣਨੀ ਦੱਸੋ ਜੀ ਕੀ ਕਹਿ ਰਹੇ ਤੁਸੀਂ ਅਸੀਂ ਬੱਕਰਾ ਛੱਡਾ ਸ਼ੁਰੂ ਕਰਾਂ ਅੱਗੇ ਆ ਕੇ ਦਾ ਯਾਰ ਨਾ ਦੱਸ ਬੱਕਰਾ ਸ਼ੁਰੂ ਕਰਾਂ ਨਹੀਂ ਅਜੇ ਨਹੀਂ ਅਜੇ ਥੋੜ੍ਹਾ ਜਿਹਾ ਕੰਮ ਹੋਣਾ ਫਿਰ ਐਵੇਂ ਕੰਮ ਰੁਕਾਵਟ ਪੈ ਜਾਣੀ ਨਾ ਲੱਗਣ ਵਿਹਲੇ ਟਾਈਮ ਰੋਟੀ ਖਾਣ ਦੇ ਬਾਅਦ ਹਾਂ ਕੈਮਰਾਮੈਨ ਸਾਹਿਬ ਅੱਗੇ ਆਓ ਇੰਨੀ ਇੰਨੀ ਭਰਤੀ ਪੈਣੀ ਜਨਾਬ ਇੰਨੀ ਦੇਖ ਰਿਹਾ ਜੀ ਵਿੱਚੋਂ ਵਹਾਓ ਭਾਈ ਯਾਰ ਵਿੱਚੋਂ ਵਹਾਓ ਐ ਭਰਤੀ ਪੈਣੀ ਹੈ ਅੰਦਰੋਂ ਇਨਸ਼ਾਅੱਲਾ ਕਿ ਦੁਆ ਕਰੋ ਉਹ ਇੱਟਾਂ ਚੜੀ ਇੱਥੇ ਤੱਕ ਭਰਤੀ ਪੈਣੀ ਹੈ ਤੇ ਇਹ ਵੀ ਕਮਰਾ ਸਾਡਾ ਅੱਗੇ ਲਓ ਕੈਮਰਾਮੈਨ ਸਾਹਿਬ ਅੱਗੇ ਆਓ ਕੈਮਰਾਮੈਨ ਸਾਹਿਬ ਜੀ ਦਿਖਾਓ ਜ਼ਰਾ ਇਹ ਕਮਰਾ ਸਾਡਾ ਇੱਕ ਇਹ ਕਮਰਾ ਹੈ ਅਤੇ ਫਿਰ ਸਾਡਾ ਇੱਕ ਇਹ ਕਮਰਾ ਜਿਹਦਾ ਇਹਦੇ 'ਚ ਹੀ ਭਰਤੀ ਪੈਣੀ ਹੈ ਅਤੇ ਦੁਆ ਕਰੋ ਕਿ ਇਨਸ਼ਾਅੱਲਾ ਨਾ ਸਾਡਾ ਜ਼ਰਾ ਨਾ ਕੰਮ
ਸਾਨੂੰ ਕੋਈ ਮਿੱਟੀ ਵਾਲਾ ਬੰਦਾ ਲੱਭ ਜਾਵੇ ਚੰਗਾ, ਜਿਹੜਾ ਯਾਨੀ ਕਿ ਮਿੱਟੀ ਸੱਟੇ। ਕੈਮਰਾਮੈਨ ਥੋੜ੍ਹਾ ਜਿਹਾ ਪਿੱਛੇ ਹੋ ਜਾਓ, ਕੈਮਰਾਮੈਨ ਨੂੰ ਦੱਸਣਾ ਪੈਂਦਾ ਵੀ ਡਾਇਰੈਕਸ਼ਨ ਕਿਵੇਂ ਕਰਨੀ ਅਤੇ ਕਿਵੇਂ ਨਹੀਂ। ਇਸ ਵਾਸਤੇ ਇਹ ਮਿੱਟੀ ਜਿਲ੍ਹੇ ਪੈ ਗਈ, ਫਿਰ ਸਾਡਾ ਕੰਮ ਸ਼ੁਰੂ ਹੋਣਾ। ਸਾਡੀ ਰਹਿ ਗਈ ਉਹ ਆਖਰੀ ਦੀਵਾਰ ਜਿਹੜੀ ਉਹ ਮਿਸਤਰੀ ਸਾਹਿਬ ਬਣਾ ਰਹੇ ਨੇ, ਉਸ ਤੋਂ ਬਾਅਦ ਸਾਡਾ ਕੰਮ ਕਲੀਅਰ ਹੋ ਜਾਣਾ। ਸਟੋਪ ਕਰ ਦੇ ਜਿਹੜੀ ਹੈਗੀ ਨਾ, ਇਨਸ਼ਾਅੱਲਾ ਇਹ ਦੀਵਾਰ ਹੁਣ ਸਾਡੀ ਰਹਿ ਗਈ, ਉਹਨਾਂ ਆਪਾਂ ਦਾਣਾ ਇਹਨੇ ਟੇਕੇ ਤੱਕ ਇਸ ਤੱਕ ਆਏਗੀ ਹਾਂਜੀ, ਦੀਵਾਰ ਸਾਡੀ ਫਿਰ ਹੋ ਜਾਏਗੀ ਮੁਕੰਮਲ। ਫਿਰ ਜੋ ਸਾਹਿਬ ਇਹਦੇ ਜਿੰਨਾ ਖੈਰ ਕਰੇ ਮਿੱਟੀ ਦਾ ਕੋਈ ਹੱਲ ਪਲ ਕਰਨਾ, ਕਿਉਂਕਿ ਸੀਮੈਂਟ ਉਹ ਮਹਿੰਗਾ, ਇੱਟਾਂ ਉਹ ਮਹਿੰਗੀਆਂ, ਰੇਤਾ ਉਹ ਮਹਿੰਗਾ, ਮਿੱਟੀ ਉਹ ਮਹਿੰਗੀ, ਹਰ ਚੀਜ਼ ਗਲਬਣ ਕੇ ਮਹਿੰਗੀ। ਕਿਸ ਚੀਜ਼ ਨੂੰ ਵੀ ਜਾ ਕੇ ਪੁੱਛੀਏ ਨਾ, ਤੁਹਾਡੀ ਸੋਚ ਹੈ ਕਿ ਇਸ ਦੌਰ ਦੇ ਵਿੱਚ ਘਰ ਬਣਾਉਣਾ ਕੀ ਮਾੜੇ ਬੰਦੇ ਵਾਸਤੇ, ਮਿਡਲ ਕਲਾਸ ਦੇ, ਯਕੀਨ ਕਰੋ ਕਿ ਬੜਾ ਹੀ ਮੁਸ਼ਕਲ, ਬਹੁਤ ਮੁਸ਼ਕਲ। ਕਿ ਹਰ ਚੀਜ਼ ਬੰਦੇ ਨੂੰ ਖਰੀਦਣੀ ਪੈ ਰਹੀ ਹੈ, ਮਤਲਬ ਕੋਈ ਰਹਿਤ ਨਹੀਂ, ਕੋਈ ਗੱਲ ਨਹੀਂ, ਕੋਈ ਰਹਿਤ ਨਹੀਂ, ਕੋਈ ਮਸਲਾ ਨਹੀਂ, ਲੇਕਿਨ ਇਹ ਕਿ ਬੜੀ ਮੁਸ਼ਕਲ ਹੋ ਰਹੀ। ਅਤੇ ਦੁਆ ਕਰੋ ਕਿ ਮੇਰੀ ਹਕੂਮਤ ਸਾਰਿਆਂ ਅੱਗੇ ਅਪੀਲ ਇਹ ਹੈ ਕਿ ਨਾ, ਕਿ ਜਿਹੜਾ ਨਾ ਤੁਸੀਂ ਅੱਜ ਸੀਮੈਂਟ ਅਤੇ ਰੇਤਾ ਅਤੇ ਬਜਰੀ ਅਤੇ ਮਤਲਬ ਇਹ ਸਾਰੇ ਥੋੜ੍ਹਾ ਜਿਹਾ ਥੱਲੇ ਹੋ ਜਾਵੇ, ਸੀਮੈਂਟ ਵੀ ਥੱਲੇ ਹੋ ਜਾਵੇ, ਚਲੋ ਮੀਟਰ ਮਾੜੇ ਬੰਦੇ ਆਪਣਾ ਘਰ ਤਾਂ ਬਣਾ ਲਵਾਂ ਨਾ, ਯਕੀਨ ਕਰੋ ਕਿ ਬੜੀ ਮੁਸ਼ਕਲ ਹੈ। ਇਹ ਜਿਹੜਾ ਅਸੀਂ ਲਾਈ ਖੜ੍ਹੇ ਹਾਂ ਨਾ, ਯਕੀਨ ਕਰੋ ਨੱਕ ਦੀਆਂ ਖਾ ਕੇ ਤਾਂ ਜਾ ਕੇ ਤੱਕ ਪਹੁੰਚੇ ਖਲੇ। ਅਮੀਰ ਤੋਂ ਅਮੀਰ ਹੈ ਨਾ, ਉਹਨੂੰ ਕੀ ਲੱਗੇ ਕਿ ਕਿਵੇਂ ਸਿਸਟਮ ਚੱਲਦਾ ਪਿਆ। ਉਹਦਾ ਤਾਂ ਸਾਰਾ ਕੁਝ ਚੱਲਦਾ ਜੀ ਪਿਆ, ਏ ਸੀ ਵਾਲੇ ਕਮਰੇ, ਸਾਰਾ ਕੁਝ ਫ੍ਰੀ, ਸਭ ਕੁਝ। ਅਤੇ ਬਾਕੀ ਹਰ ਚੀਜ਼ ਮਹਿੰਗੀ ਭਾਜੀ, ਉਹ ਐਸਾ ਹੋਵੇ ਨਾ ਅੱਲਾਹ ਦਾ ਬੰਦਾ ਨੇਕ ਆਵੇ ਕਿ ਜਿਹੜਾ ਨਾ ਸੀਮੈਂਟ ਦਾ ਰੇਤਾ ਸਾਰਾ ਕੁਝ ਨਿਜ਼ਾਮ ਥੱਲੇ ਹੋ ਜਾਵੇ, ਚਲੋ ਮਾੜਾ ਬੰਦਾ ਆਪਣਾ ਘਰ ਤਾਂ ਬਣਾ ਲਵੇ ਨਾ ਸੁੱਖ ਨਾਲ, ਲੇਕਿਨ ਹੁਣ ਬਣਾਉਣਾ ਬੜਾ ਮੁਸ਼ਕਲ ਬਣ ਰਿਹਾ। ਜੇ ਪਿੱਛੇ ਜਾਂਦੇ ਹਾਂ ਤਾਂ ਵੀ ਚੀਜ਼ਾਂ ਆਉਂਦੀਆਂ ਨੇ, ਲੇਕਿਨ ਇਹ ਕਿ ਗੱਲ ਇਹ ਕਿ ਬੜਾ ਮੁਸ਼ਕਲ ਬਣਿਆ ਹੁਣ ਬਣਾਉਣਾ। ਤਾਂ ਬੱਚਿਆਂ ਦੀ ਛੱਤ ਤਾਂ ਬਣਾਉਣੀ ਹੈ ਨਾ, ਇਹਨਾਂ ਬੱਚਿਆਂ ਦੀ ਛੱਤ ਬਣਾਉਣੀ ਹੈ, ਤਾਂ ਕਿ ਛੱਤ ਬਣ ਜਾਵੇ ਤਾਂ ਫਿਰ ਤਾਂ ਮਸਲੇ ਹੱਲ ਹੋ ਜਾਂਦੇ ਨੇ। ਕਿਉਂ ਜੀ ਮਿਸਤਰੀ ਸਾਹਿਬ? ਬਿਲਕੁਲ ਜੀ, ਬੱਚਿਆਂ ਵਾਸਤੇ ਘਰ ਜ਼ਰੂਰੀ ਹੈ, ਘਰ ਜ਼ਰੂਰੀ ਹੈ। ਮਾੜਾ ਬੰਦਾ ਚਾਹੇ ਅਮੀਰ ਹੈ ਚਾਹੇ ਗਰੀਬ ਹੈ, ਲੇਕਿਨ ਛੱਤ ਹੋਣਾ ਜ਼ਰੂਰੀ ਹੈ। ਮੈਂ ਪਿਛਲੇ ਵਲੋਗ 'ਚ ਵੀ ਤੁਹਾਨੂੰ ਦੱਸਿਆ ਸੀ, ਦੋ ਤਿੰਨ ਦਿਨ ਹੋ ਗਏ ਨੇ ਜ਼ਰਾ ਵਲੋਗ ਨਹੀਂ ਬਣ ਰਿਹਾ, ਮਸਰੂਫ਼ ਰਿਆਤ ਸੀ। ਕਿਉਂ ਜੀ, ਕੀ ਕਹਿੰਦਾ? ਅੱਲਾ ਖੈਰ ਕਰ ਸੀ, ਇਹਨਾਂ ਨਾਲ ਤਾਵਨ ਵਾਲੇ ਸਿਸਟਮ ਚੱਲ ਰਿਹਾ, ਅੱਲਾ ਪਾਕ ਕਰਮ ਕਰੇ।